ਪਰਚੀ ਦੇ ਪਿੱਛੇ ਬਕਾਇਆ ਲਿਖਿਆ ਨਹੀਂ ਸੀਗਾ ਕਹਿੰਦਾ ਤੈਨੂੰ ਅੱਗੇ ਆ ਕੇ ਦਿੰਦਾ ਜੀ ਉਹਨੇ ਦਿੱਤਾ ਨਹੀਂ ਜੀ ਮੈਂ ਮੂਹਰੇ ਖੜਾ ਸੀਗਾ ਪੈ ਪੀ ਇਹਨੂੰ ਫੜ ਕੇ ਹੁਣ ਬੱਸ ਨੂੰ ਡਰਾਈਵਰ ਨੂੰ ਕਿਹਾ ਹੌਲੀ ਕਰ ਧੱਕਾ ਮਾਰ ਦਿੱਤਾ ਜੀ ਵਿੱਚ ਮੇਟੀ ਆਣੇ ਤੋਂ ਪਿੱਛੇ ਛੱਡਤਾ ਫਿਰ ਮੈਨੂੰ ਤਾਂ ਹੋਸ਼ ਨਹੀਂ ਸਿਰ 'ਚ ਲੱਗੀ ਕੋਈ ਬੰਦੇ ਚੱਕ ਕੇ ਲੈ ਗਏ ਅਤੇ ਕਾਤੇ ਲਿਆਏ ਤੁਹਾਨੂੰ ਐਂਬੂਲੈਂਸ ਲੈ ਕੇ ਗਈ ਜੀ ਇੱਥੋਂ ਚੱਕ ਕੇ ਅਤੇ ਸੱਟਾਂ ਤੁਹਾਡੇ ਜ਼ਿਆਦਾ ਲੱਗ ਗਈਆਂ ਲੱਤਾਂ ਟੁੱਟ ਗਈਆਂ ਦੋਨੇ ਹਾਂਜੀ ਫਗਵਾੜਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਸਰਕਾਰੀ ਬੱਸ ਦੇ ਕੰਡਕਟਰ ਉੱਪਰ ਗੰਭੀਰ ਆਰੋਪ ਲਗਾਏ ਹਨ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਜਸਵਿੰਦਰ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਤੋਂ ਸਰਕਾਰੀ ਬੱਸ ਵਿੱਚ ਸਵਾਰ ਹੋ ਕੇ ਫਗਵਾੜਾ ਆ ਰਿਹਾ ਸੀ ਤਾਂ ਰਸਤੇ ਵਿੱਚ ਉਸਨੇ ਕੰਡਕਟਰ ਨੂੰ ਟਿਕਟ ਲੈਣ ਲਈ 500 ਰੁਪਏ ਦਿੱਤੇ ਸਨ ਅਤੇ ਜਦੋਂ ਮੇਟੀਆਣਾ ਨਜ਼ਦੀਕ ਆ ਕੇ ਉਸਨੇ ਕੰਡਕਟਰ ਕੋਲੋਂ ਬਾਕੀ ਬਕਾਇਆ ਮੰਗਿਆ ਤਾਂ ਜਸਵਿੰਦਰ ਕੁਮਾਰ ਦੇ ਕਹਿਣ ਅਨੁਸਾਰ ਕੰਡਕਟਰ ਨੇ ਉਸ ਨੂੰ ਬੱਸ ਵਿੱਚੋਂ ਧੱਕਾ ਮਾਰ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਜ਼ਖਮੀ ਹਾਲਤ ਵਿੱਚ ਪੀੜਤ ਨੌਜਵਾਨ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ ਫਗਵਾੜਾ ਤੋਂ ਜਸ ਸ਼ਰਮਾ ਦੀ ਰਿਪੋਰਟ ਹਾਂਜੀ ਭਾਅ ਜੀ ਕੀ ਨਾਂ ਆਪਣਾ ਜਸਵਿੰਦਰ ਕੁਮਾਰ ਨਾਮ ਹੈ ਜੀ ਹਾਂਜੀ ਕਿਹੜੇ ਪਿੰਡ ਤੋਂ ਆਪਾਂ ਹਰੀਆਬਾਦ ਤੋਂ ਜੀ ਹਾਂਜੀ ਕੀ ਮਾਮਲਾ ਕੀ ਅੱਜ ਸਿਵਲ ਹਸਪੀਟਲ ਵਿੱਚ ਆਏ ਤੁਸੀਂ ਜੀ ਮੇਰੇ ਕੰਡਕਟਰ ਨੇ ਬੱਸ 'ਚੋਂ ਧੱਕਾ ਮਾਰ ਦਿੱਤਾ ਜੀ ਹੁਸ਼ਿਆਰਪੁਰੋਂ ਮੈਂ ਬੈਠਾ ਸੀ ਬੱਸ 'ਚ ਜੀ ਕਾਹਦੇ ਲਈ ਧੱਕਾ ਮਾਰਿਆ ਤੁਹਾਨੂੰ ਜੀ ਮੈਂ ਉਹ ਤੋਂ ਬਕਾਇਆ ਲੈਣਾ ਸੀਗਾ ਜੀ ਉਹਨੇ ਪਰਚੀ ਦੇ ਪਿੱਛੇ ਬਕਾਇਆ ਲਿਖਿਆ ਨਹੀਂ ਸੀਗਾ ਕਹਿੰਦਾ ਤੈਨੂੰ ਅੱਗੇ ਆ ਕੇ ਦਿੰਦਾ ਜੀ ਉਹਨੇ ਦਿੱਤਾ ਨਹੀਂ ਜੀ ਮੈਂ ਮੂਹਰੇ ਖੜਾ ਸੀਗਾ ਪੈ ਪੀ ਇਹਨੂੰ ਫੜ ਕੇ ਹੁਣ ਬੱਸ ਨੂੰ ਡਰਾਈਵਰ ਨੂੰ ਕਿਹਾ ਹੌਲੀ ਕਰ ਧੱਕਾ ਮਾਰ ਦਿੱਤਾ ਜੀ ਵਿੱਚੋਂ ਅਤੇ ਕਿਹੜੀ ਬੱਸ ਸੀਗੀ ਸਰ ਪੀ ਸੀ ਟੀ ਆਰ ਨਵੀਂ ਬੱਸ ਸੀ ਜੀ ਅਤੇ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਹੁਸ਼ਿਆਰਪੁਰ ਤੋਂ ਫਗਵਾੜੇ ਆਉਂਦਾ ਸੀ ਜੀ ਅਤੇ ਕਿੰਨੇ ਪੈਸੇ ਦਿੱਤੇ ਸੀ ਕੰਡਕਟਰ ਨੂੰ ਉਹਨੂੰ 505 ਰੁਪਈਏ ਦਿੱਤੇ ਸੀ ਟੁੱਟੇ ਕਹਿੰਦਾ 5 ਰੁਪਈਏ ਦੇ ਕਿੰਨੇ ਲੈਣੇ ਸੀਗੇ ਵਾਪਸ ਬਾਕੀ ਉਹਨੇ ਮੋੜਨੇ ਸੀਗੇ ਜੀ ਪੈਸੇ 500 ਚੋਂ ਕਹਿੰਦਾ 5 ਰੁਪਈਏ ਟੁੱਟੇ ਦੇ ਉਹ ਮੈਨੂੰ ਮੈਂ ਉਹਦੇ ਤੋਂ ਪੰਟੋਂ ਚਾ ਦਿੱਤਾ ਸੀ ਜੀ 5 ਰੁਪਏ ਅਤੇ ਕਿੰਨੇ ਵਜੇ ਹੋਇਆ ਹਾਸਾ ਇਹ 9-10 ਕੁ ਵਜੇ ਦਾ ਟਾਈਮ ਸੀ ਅਤੇ ਕਿੱਥੇ ਕੁ ਤੁਹਾਨੂੰ ਮਤਲਬ ਕਿ ਇਹਨਾਂ ਨੇ ਧੱਕਾ ਮਾਰਿਆ ਮੇਟੀ ਆਣੇ ਤੋਂ ਪਿੱਛੇ ਛੱਡਤਾ ਫਿਰ ਮੈਨੂੰ ਤਾਂ ਹੋਸ਼ ਨਹੀਂ ਸਿਰ 'ਚ ਲੱਗੀ ਕੋਈ ਬੰਦੇ ਚੱਕ ਕੇ ਲਗਾਏ ਪਏ ਅਤੇ ਕਾਹਤੇ ਲਿਆਏ ਤੁਹਾਨੂੰ ਐਂਬੂਲੈਂਸ ਲੈ ਕੇ ਗਈ ਜੀ ਉੱਥੋਂ ਚੱਕ ਕੇ ਅਤੇ ਸੱਟਾਂ ਤੁਹਾਡੇ ਜ਼ਿਆਦਾ ਲੱਗ ਗਈਆਂ ਲੱਤਾਂ ਟੁੱਟ ਗਈਆਂ ਦੋਨੇ ਹਾਂਜੀ ਅਤੇ ਕੀ ਪੁਲਿਸ ਨੂੰ ਤੁਸੀਂ ਕੰਪਲੇਂਟ ਕੀਤੀ ਨਹੀਂ ਇਹ ਤਾਂ ਨਹੀਂ ਕੀਤੀ ਅਤੇ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਤੁਸੀਂ ਦੇਖ ਲਓ ਜੀ ਤੁਹਾਡੇ ਸਾਹਮਣੇ ਹੈ ਜੋ ਹੈ ਜੀ ਲੱਤਾਂ ਬਾਹਾਂ ਟੁੱਟ ਗਈਆਂ ਜੀ ਕੀ ਨਾਂ ਹੈ ਆਪਣਾ ਮੇਰਾ ਨਾਮ ਲੈਂਬਰ ਰਾਮ ਆ ਜੀ ਹਾਂਜੀ ਸਰ ਇਹ ਅੱਜ ਤੁਸੀਂ ਸਿਵਲ ਹਸਪੀਟਲ ਵਿੱਚ ਆਏ ਕੀ ਮਾਮਲਾ ਕੀ ਹੈ ਸਿਵਲ ਹਸਪਤਾਲ ਅਸੀਂ ਤਾਂ ਆਏ ਹਾਂ ਜੀ ਸਾਡਾ ਮੁੰਡਾ ਹੁਸ਼ਿਆਰਪੁਰ ਤੋਂ ਫਗਵਾੜਾ ਆ ਰਿਹਾ ਸੀ ਜੀ ਰਸਤੇ ਵਿੱਚ ਉਹ ਪੀ ਸੀ ਆਰ ਦੀ ਬੱਸ ਸੀਗੀ ਨਵੀਂ ਹੁਸ਼ਿਆਰਪੁਰੋਂ ਅੰਮ੍ਰਿਤਸਰ ਜਾ ਰਹੀ ਸੀ ਇਹ ਮੁੰਡੇ ਨੇ ਰਾਹ 'ਚ ਟਿਕਟ ਲਈ 505 ਰੁਪਏ ਉਹਨੂੰ ਦਿੱਤੇ ਅਤੇ ਬਾਕੀ ਇਹਨੂੰ ਬਕਾਇਆ ਨਹੀਂ ਤਾਂ ਜ਼ਿਆਦਾ ਇਹਨੇ ਬਕਾਇਆ ਮੰਗਿਆ ਅਤੇ ਕੰਡਕਟਰ ਨੇ ਧੱਕਾ ਦੇ ਕੇ ਇਹਨੂੰ ਥੱਲੇ ਸੁੱਟ ਦਿੱਤਾ ਜੀ ਕਿਹੜੀ ਬੱਸ ਸੀਗੀ ਸਰ ਪੰਜਾਬ ਰੋਡਵੇਜ਼ ਦੀ ਜੀ ਅਤੇ ਧੱਕਾ ਕਿਉਂ ਮਾਰਿਆ ਉਹਨਾਂ ਨੇ ਧੱਕਾ ਪੈਸੇ ਇਹਨੇ ਮੰਗ ਲਿਆ ਜੀ ਜਿਹੜੇ ਬਕਾਇਆ ਰਹਿੰਦੇ ਸੀ 500 ਚੋਂ ਬਕਾਇਆ ਰਹਿੰਦਾ ਸੀ ਉਹ ਮੰਗ ਲਿਆ ਕਰਕੇ ਇਹਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ ਸਰਦਾਰ ਕੰਡਕਟਰ ਆ ਉਹਦਾ ਇਹ ਕਿੰਨੇ ਕੁ ਵਜੇ ਹੋਇਆ ਇਹ 9-10 ਵਜੇ ਦੇ ਵਿੱਚ ਹੋਇਆ ਜੀ ਅਤੇ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਹਦਾ ਇਲਾਜ ਕਰਾ ਕੇ ਦੇਣ ਕਿਉਂ ਕੰਡਕਟਰ ਇੰਨੀ ਧੱਕੇਸ਼ਾਹੀ ਕਰਦੇ ਆ ਜੀ ਜੇ ਬੱਸਾਂ 'ਚ ਫਰੀ ਬੁੜੀਆਂ ਸਫ਼ਰ ਕਰਦੀਆਂ ਤਾਂ ਕੋਈ ਬੰਦਾ ਬੱਸ ਸਟੈਂਡ 'ਤੇ ਨਹੀਂ ਰੋਕਦਾ ਕਦੀ ਅੱਗੇ ਲਿਜਾ ਕੇ ਕਿਲੋਮੀਟਰ ਰੋਕਦੇ ਕਦੀ ਪਿੱਛੇ ਰੋਕਦੇ ਆ ਅਸੀਂ 2-3 ਵਾਰੀ ਕੰਪਲੇਂਟਾਂ ਵੀ ਫਗਵਾੜਾ ਸਟੈਂਡ ਨੂੰ ਦਿੱਤੀਆਂ ਅਤੇ ਕਿਹੜੇ ਪਿੰਡ ਤੋਂ ਬਾਈ ਇਹ ਹਰੀਆਬਾਦ ਤੋਂ ਆ ਜੀ